ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀ ਟ੍ਰਿਪਲ ਐਸ ਬੀ ਦੇ ਟਾਈਪਿੰਗ ਟੈਸਟ ਦੇ ਐਗਜ਼ਾਮ ਰਿਵਿਊ ਦੇ ਰਿਗਾਰਡਿੰਗ ਸੋ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਟਾਈਪਿੰਗ ਟੈਸਟ ਹੋਇਆ 22 23 ਤੇ 24 ਨੂੰ ਉਹਨਾਂ ਦਿਨਾਂ ਦਾ ਵੀ ਜਿਹੜਾ ਐਗਜ਼ਾਮ ਰਿਵਿਊ ਰਿਹਾ ਉਹ ਮੈਂ ਆਪਣੇ ਚੈਨਲ ਤੇ ਸ਼ੇਅਰ ਕੀਤਾ ਸੀ ਤੇ ਅੱਜ ਵੀ ਆਪਾਂ ਸਿਮਿਲਰਲੀ ਇਹ ਰਿਵਿਊ ਸ਼ੇਅਰ ਕਰਾਂਗੇ ਤਾਂ ਕਿ ਜਿਨ੍ਹਾਂ ਦਾ ਐਗਜ਼ਾਮ ਕਰ ਲੈ ਹੈ ਉਹਨਾਂ ਨੂੰ ਹੈਲਪ ਮਿਲ ਸਕੇ ਸੋ ਸਟਾਰਟ ਕਰ ਲੈਂਦੇ ਆ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰ ਲੈਨੇ ਆਂ ਇੰਗਲਿਸ਼ ਇੰਗਲਿਸ਼ ਨੂੰ ਡਿਸਕ ਸੋ ਬੇਸਿਕਲੀ ਬੱਚਿਆਂ ਨੂੰ ਜਿਹੜਾ ਪੈਰਾਗ੍ਰਾਫ ਹੈ ਉਹ ਜਿਵੇਂ ਕਿ ਪਹਿਲੇ ਵੀ ਕੱਲ ਦੱਸਿਆ ਸੀ ਮੋਡਰੇਟ ਟੂ ਟਫ ਹੀ ਲੱਗਿਆ ਉਹ ਕਿਉਂ ਲੱਗਿਆ ਉਸ ਦਾ ਰੀਜ਼ਨ ਮੈਂ ਦੱਸ ਦਿੰਨੀ ਆ moderate to tough ਲੱਗਿਆ ਜਿਹੜਾ ਇੰਗਲਿਸ਼ ਦਾ ਪੈਰਾਗ੍ਰਾਫ ਉਹ ਬੇਸਿਕਲੀ ਕਿਉਂ ਲੱਗਿਆ ਇੱਕ ਫਸਟ ਆਫ ਆਲ ਜਿਹੜਾ ਹੈ ਜਿਹੜੇ ਵਰਡਸ ਨੇ ਇੰਗਲਿਸ਼ ਦੇ ਵਿੱਚੋਂ ਲੈਂਥੀ ਆ ਰਹੇ ਨੇ ਵਰਡਸ ਜਿਹੜੇ ਨੇ ਉਹ ਲੈਂਥੀ ਆ ਰਹੇ ਨੇ ਜਿਵੇਂ ਕਿ ਇੰਸਟੀਟਿਊਸ਼ਨ ਹੋ ਗਿਆ ਕਮਿਊਨੀਕੇਸ਼ਨ ਹੋ ਗਿਆ ਐਵੇਂ ਦੇ ਜਿਹੜੇ ਵਰਡਸ ਨੇ ਰਿਸਰਚ ਹੋ ਗਿਆ ਐਵੇਂ ਦੇ ਲੈਂਥੀ ਵਰਡਸ ਜਿਹੜੇ ਨੇ ਉਹ ਇੰਗਲਿਸ਼ ਦੇ ਜਿਹੜਾ ਟਾਈਪਿੰਗ ਟੈਸਟ ਦੇ ਵਿੱਚ ਆ ਰਹੇ ਨੇ ਜਿਸ ਕਰਕੇ ਬੱਚਿਆਂ ਨੂੰ ਜਿਹੜਾ ਪੈਰਾਗ੍ਰਾਫ ਥੋੜਾ 모ਡਰੇਟ ਜਾਂ ਟਫ ਲੱਗਿਆ ਤੇ ਅੱਗੇ ਹੋਰ ਕੀ ਦੇਖਣ ਨੂੰ ਮਿਲੇ ਜਿਵੇਂ ਕਿ ਬ੍ਰੈਕਟਸ ਦੇ ਕਨੋ ਮਿਲ ਰੀਆਂ ਨੇ ইয়ারਸ ਦੇਖਣ ਨੂੰ ਮਿਲ ਰਹੇ ਨੇ ਠੀਕ ਹੈ ਨੰਮੈਰਿਕ ਚ ਤੇ ਉਸ ਤੋਂ ਇਲਾਵਾ ਜਿਹੜਾ ਹੈ ਇੱਕ ਇਹ ਹਾਈਫਨ ਸਿੰਬਲ ਵੀ ਦੇਖਣ ਨੂੰ ਮਿਲਿਆ ਤੇ ਇੱਕ ਹੋਰ ਨਿਊ ਚੇਂਜ ਕੀ ਆਇਆ ਨਿਊ ਚੇਂਜ ਇਹ ਆਇਆ ਕਿ ਜਿਹੜਾ ਤੁਸੀਂ ਜਿਵੇਂ ਕੋਈ ਵਰਡ ਆਇਆ ਤੁਹਾਡੇ ਕੋਲ ਠੀਕ ਹੈ ਸਪੋਜ਼ ਕਰੋ ਪਾਲਿਸੀ ਵਰਡ ਆਇਆ ਤਾਂ ਉਸ ਦਾ ਜਿਹੜਾ ਫਰਸਟ ਲੈਟਰ ਹੈ ਉਹ ਕੈਪੀਟਲ ਆ ਰਿਹਾ ਸੋ ਕੱਲ ਵੀ ਇਹ ਮੈਂ ਗੱਲ ਦੱਸੀ ਸੀ ਕਿ ਉੱਚ ਜਿਹੜਾ ਹੈ ਲਾਸਟ ਚੰਕ ਦੇ ਵਿੱਚ ਕੱਲ ਐਵੇਂ ਦੇਖਣ ਨੂੰ ਮਿਲਿਆ ਸੀ ਕਿ ਜਿੰਨੇ ਵੀ ਚੰਕ ਦੇ ਵਿੱਚ ਵਰਡਸ ਨੇ ਜਾਂ ਕੁਝ ਵਰਡਸ ਚੰਕ ਦੇ ਉਸ ਦਾ ਜਿਹੜਾ ਫਰਸਟ ਜਿਹੜਾ ਲੈਟਰ ਵਰਡ ਹੈ ਉਸ ਦਾ ਜਿਹੜਾ ਫਰਸਟ ਲੈਟਰ ਹੈ ਉਹ ਕੈਪੀਟਲਾਈਜ਼ ਦੇਖਣ ਨੂੰ ਮਿਲਿਆ ਸੋ ਅੱਜ ਬੱਚਿਆਂ ਨੇ ਕੀ ਦੱਸਿਆ ਕਿ ਜਿਹੜੀ 2 ਜਾਂ 3 ਚੰਕ ਚਾਂਕਸ ਨੇ ਠੀਕ ਹੈ ਸੋ ਜਿਹੜਾ ਲਾਈਕ 2 ਜਾਂ 3 ਚਾਂਕਸ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਿਆ ਕਿ ਹਰ ਇੱਕ ਵਰਡ ਦਾ ਜਿਹੜਾ ਫਰਸਟ ਲੈਟਰ ਹੈ ਉਹ ਕੈਪੀਟਲ ਦੇਖਣ ਨੂੰ ਮਿਲਿਆ ਠੀਕ ਹੈ ਜਿਵੇਂ ਪੀ ਕੈਪੀਟਲ ਹੋ ਗਿਆ ਇਸ ਵਰਡ ਦਾ ਦੈਨ ਐਂਡ ਈ ਕੈਪੀਟਲ ਹੋ ਗਿਆ ਕੋਈ ਵਰਡ ਦਾ ਐਂ ਮਤਲਬ ਇਸ ਤਰ੍ਹਾਂ ਜਿਹੜੇ ਵਰਡਸ ਆਏ ਉਹਨਾਂ ਦਾ ਫਰਸਟ ਲੈਟਰ ਜਿਹੜਾ ਉਹ ਕੈਪੀਟਲ ਦੇਖਣ ਨੂੰ ਮਿਲਿਆ ਇਹ ਚੇਂਜ ਆਇਆ ਸੋ ਇਸ ਕਰਕੇ ਥੋੜੀ ਜੀ ਬੱਚਿਆਂ ਨੂੰ ਪ੍ਰੋਬਲਮ ਲੱਗੀ ਇੰਗਲਿਸ਼ ਦੇ ਪੈਰਾਗ੍ਰਾਫ ਦੇ ਵਿੱਚ ਕਿਉਂਕਿ ਜਿਹੜਾ ਕੈਪੀਟਲ ਵਰਡ ਹੈ ਤੁਹਾਨੂੰ ਪਤਾ ਹੈ ਉਹ ਪਾਂਚ ਥੋੜੀ ਜੀ ਸਟੂਡੈਂਟਸ ਨੂੰ ਜਿਹੜੀ ਹੈ ਦਿੱਕਤ ਆਂਦੀ ਹੈ ਜਦੋਂ ਤੁਸੀਂ ਇੱਕ ਫਲੋ ਚ ਟਾਈਪ ਕਰ ਰਹੇ ਹੁੰਦੇ ਹੋ ਸੋ ਇਹ ਜਿਹੜਾ ਇੰਗਲਿਸ਼ ਦੇ ਵਿੱਚ ਚੇਂਜ ਦੇਖਣ ਨੂੰ ਮਿਲਿਆ ਕਿ ਚੰਗਸ ਦੇ ਵਿੱਚ ਜਿਹੜੇ ਵਰਡਸ ਦਾ ਫਰਸਟ ਲੈਟਰ ਹੈ ਉਹ ਕੈਪੀਟਲਾਈਜ਼ ਦੇਖਣ ਨੂੰ ਮਿਲਿਆ ਸੋ ਇਹ ਇੰਗਲਿਸ਼ ਉਸ ਤੋਂ ਇਲਾਵਾ ਆਪਾਂ ਗੱਲ ਕਰ ਲੈਨੇ ਆ ਪੰਜਾਬੀ ਦੇ ਰਿਵਿਊ ਦੀ ਸੋ ਪੰਜਾਬੀ ਦਾ ਰਿਵਿਊ ਦੇਖ ਲੈਨੇ ਆ ਸੋ ਪੰਜਾਬੀ ਦਾ ਬੇਸਿਕਲੀ ਚੇਂਜ ਕੀ ਆਇਆ ਅਜ ਬਾਕੀ ਸਾਰਾ ਤਾਂ ਸੇਮ ਰਿਹਾ ਸਿੰਬल्स ਕੋਈ ਖਾਸ ਦੇਖਣ ਨੂੰ ਨਹੀਂ ਮਿਲੇ ਜਿਹੜੇ ਦੇਖਣ ਨੂੰ ਮਿਲੇ ਉਹ ਕਿਹੜੇ ਨੇ 58 ਤੇ 59 ਵਾਲੇ ਠੀਕ ਹੈ ਉਹੀ ਸੈਮੀ ਕੋਲਨ ਤੇ ਕੋਲਨ ਇਹ ਹੀ ਦੋ ਸਿੰਬल्स ਬੇਸਿਕਲੀ ਦੇਖਣ ਨੂੰ ਮਿਲੇ ਸੀ ਤੇ ਇਹ ਵੀ ਕੋਈ ਜ਼ਿਆਦਾ ਫ੍ਰੀਕਵੈਂਸੀ ਚ ਦੇਖਣ ਨੂੰ ਨਹੀਂ ਮਿਲੇ ਸੋ ਇਹ ਸੀ ਪੰਜਾਬੀ ਦਾ ਤੇ ਹੋਰ ਸਟੂਡੈਂਟਸ ਨੇ ਕੀ ਦੱਸਿਆ ਕਿ ਜਿਹੜੇ ਪੰਜਾਬੀ ਦੇ ਵਿੱਚ ਵੀ ਹੁਣ ਜਿਹੜੇ ਵਰਡਸ ਨੇ ਨਾ ਉਹ ਲੈਂਥ ਹੀ ਆਉਣ ਲੱਗ ਗਏ ਨੇ ਪੰਜਾਬੀ ਦੇ ਵਿੱਚ ਵਰਡਸ ਜਿਹੜੇ ਨੇ ਉਹ ਵੀ ਲੈਂਥੀ ਆਉਣ ਲੱਗੇ ਨੇ ਟਾਈਪ ਟੈਸਟ ਦੇ ਵਿੱਚ ਉਹ ਕਿਸ ਤਰ੍ਹਾਂ ਜਿਵੇਂ ਤੁਸੀਂ ਦੇਖ ਲਓ ਕਿ ਲੈਂਥੀ ਤਾਂ ਆ ਹੀ ਰਹੇ ਨੇ ਤੇ ਉਸ ਦੇ ਨਾਲ ਨਾਲ ਹੋਰ ਕੀ ਹੋ ਰਿਹਾ ਇੰਗਲਿਸ਼ ਜਿਹੜੇ ਇੰਗਲਿਸ਼ ਦੇ ਵਰਡ ਨੇ ਉਹਨਾਂ ਨੂੰ ਪੰਜਾਬੀ ਵਿੱਚ ਲਿਖਿਆ ਗਿਆ ਇੰਗਲਿਸ਼ ਦੇ ਵਰਡਸ ਨੂੰ ਜਿਹੜਾ ਹੈ ਪੰਜਾਬੀ ਦੇ ਵਿੱਚ ਲਿਖਿਆ ਗਿਆ ਮੈਂ ਦੱਸਦੀਆਂ ਕਿਦਾਂ ਲੈਂਥੀ ਹੋ ਰਹੇ ਨੇ ਤੇ ਕਿਵੇਂ ਲਿਖਿਆ ਗਿਆ ਸੋ ਇਹ ਅੱਜ ਪਤਾ ਲੱਗਿਆ ਇਸ ਦੇ ਰਿਗਾਰਡਿੰਗ ਸੋ ਮੈਂ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਕਿਵੇਂ ਲਿਖਿਆ ਗਿਆ ਦੇਖੋ ਜਿਵੇਂ ਕਿ ਇੰਗਲਿਸ਼ ਦਾ ਵਰਡ ਹੈ ਕਾਰਡੀਓਲੋਜੀ ਠੀਕ ਹੈ ਤੁਸੀਂ ਸੁਣਿਆ ਹੋਵੇਗਾ ਕਾਰਡੀਓਲੋਜੀ ਵਰਡ ਹੈ ਇੰਗਲਿਸ਼ ਦਾ ਸੋ ਇੰਗਲਿਸ਼ ਦਾ ਵਰਡ ਹੈ ਤੇ ਇਸ ਨੂੰ ਪੰਜਾਬੀ ਦੇ ਵਿੱਚ ਲਿਖਿਆ ਗਿਆ ਦੇਖੋ ਇਹ ਵਰਡ ਜਿਹੜਾ ਹੈ ਕਿੰਨਾ ਲੈਂਥੀ ਵਰ ਠੀਕ ਹੈ ਲਿਖਣਾ ਸੋ ਕਾਰਡੀਓਲੋਜੀ ਹੋ ਗਿਆ ਸਿਮਿਲਰਲੀ ਐਵੇਂ ਸਾਈਕੋਲੋਜੀ ਹੋ ਗਿਆ ਠੀਕ ਹੈ ਏ ਵਰਡ ਹੋ ਗਿਆ ਉਸ ਤੋਂ ਇਲਾਵਾ ਆਰਕੀਓਲੋਜੀ ਹੋ ਗਿਆ ਠੀਕ ਹੈ ਦੇਖੋ ਇਹ ਵਰਡ ਲੈਂਥੀ ਬਣ ਰਿਹਾ ਤੇ ਇੰਗਲਿਸ਼ ਦਾ ਵਰਡ ਹੈ ਜਿਹੜਾ ਪੰਜਾਬੀ ਚ ਲਿਖਿਆ ਗਿਆ ਦੈਨ ਜਿਵੇਂ ਤੁਸੀਂ ਦੇਖ ਸਕਦੇ ਹੋ ਆਰਕੀਓਲੋਜੀ ਠੀਕ ਹੈ ਹੁਣ ਦੇਖੋ ਇਹ ਵਰਡ ਕਿੰਨਾ ਲੈਂਥੀ ਹੈ ਮੀਨਸ ਕਿ ਜਿਵੇਂ ਤੁਸੀਂ ਦੋ ਵਰਡਸ ਜਾਂ ਤਿੰਨ ਵਰਡਸ ਲਿਖ ਸਕਦੇ ਹੋ ਪੰਜਾਬੀ ਦੇ ਵਿੱਚ ਉਹ ਤੁਹਾਨੂੰ ਇੱਕ ਲਿਖਣਾ ਪੈ ਰਿਹਾ ਤਾਂ ਇਸ ਕਰਕੇ ਜਿਹੜਾ ਹੈ ਵਰਡਸ ਥੋੜੇ ਲੈਂਥੀ ਹੋ ਰਹੇ ਹਨ ਤੇ ਇੰਗਲਿਸ਼ ਦੇ ਵਰਡ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਜਿਹੜੇ ਨੇ ਲਿਖੇ ਗਏ ਨਹੀਂ ਸੋ ਬੇਸਿਕਲੀ ਇਹ ਚੇਂਜ ਜਿਹੜਾ ਹੈ ਇਸ ਚੇਂਜ ਬਾਰੇ ਅੱਜ ਪਤਾ ਲੱਗਿਆ ਸੋ ਉਹ ਮੈਂ ਤੁਹਾਨੂੰ ਜਿਹੜਾ ਹੈ ਦੱਸ ਦਿੱਤਾ ਜੋ ਅੱਜ ਚੇਂਜ ਦੇਖਣ ਨੂੰ ਮਿਲਿਆ ਬਾਕੀ ਪੰਜਾਬੀ ਦੇ ਵਿੱਚ ਬਾਕੀ ਜੋ ਪਹਿਲੇ ਦੱਸਿਆ ਸੀ ਮੈਂ ਰਿਵਿਊ ਦੇ ਵਿੱਚ ਤੁਸੀਂ ਮੇਰੀ ਪੁਰਾਣੀ ਵੀਡੀਓਜ਼ ਚੈੱਕ ਕਰ ਸਕਦੇ ਹੋ ਬਾਕੀ ਡੇਸ ਦੀਆਂ ਜੋ ਪਹਿਲੇ ਦੱਸਿਆ ਸੀ ਕਿ ਕੋਲਨ セミ ਕੋਲਨ ਦੇਖਣ ਨੂੰ ਮਿਲਿਆ ਆਇਆ ਫੁੱਲ ਸਟਾਪ ਦੇਖਣ ਨੂੰ ਮਿਲਿਆ ਉਸ ਤੋਂ ਇਲਾਵਾ ਜਿਹੜਾ ਕੋਈ ਹੋਰ ਸਿੰਬਲ ਦੇਖਣ ਨੂੰ ਨਹੀਂ ਮਿਲਿਆ ਗੁਰਮੁਖੀ ਜਿਹੜੇ ਗੁਰਮੁਖੀ ਲੈਟਰਸ ਨੇ ਉਹ ਦੇਖਣ ਨੂੰ ਨਹੀਂ ਮਿਲੇ ਬਾਕੀ ਪੈਰਾਗ੍ਰਾਫ ਜਿਹੜਾ ਈਜ਼ੀ ਹੈ ਜੋ ਚੇਂਜ ਆਇਆ ਮੈਂ ਤੁਹਾਨੂੰ ਦੱਸਦਾ ਇੰਗਲਿਸ਼ ਦਾ ਵੀ ਤੇ ਪੰਜਾਬੀ ਦਾ ਵੀ ਉਮੀਦ ਕਰਦੀ ਹਾਂ ਇਹ ਜਿਹੜੀ ਵੀਡੀਓ ਹੈ ਜਿਨ੍ਹਾਂ ਦਾ ਕੱਲ ਟਾਈਪਿੰਗ ਟੈਸਟ ਹੈ ਉਹਨਾਂ ਦੇ ਲਈ ਜਰੂਰ ਲਾਹੇਵੰਦ ਹੋਵੇਗੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜਿਹੜਾ ਹੈ ਟਾਈਪਿੰਗ ਟੈਸਟ ਜਰੂਰ ਕਲੀਅਰ ਕਰਕੇ ਆਓਗੇ ਸੋ ਤੁਸੀਂ ਜਿਹੜਾ ਹੈ ਐਗਜ਼ਾਮ ਦੇ ਵਿੱਚ ਨਰਵਸ ਨਹੀਂ ਹੋਣਾ ਅਗਰ ਪਹਿਲੇ ਇੱਕ ਚੰਗ ਟਾਈਪ ਕਰਦੇ ਹੋਏ ਤੁਹਾਨੂੰ ਘਬਰਾਹਟ ਹੋ ਰਹੀ ਹੈ ਤਾਂ ਉਹ ਨਾਰਮਲ ਹੈ ਡੋਂਟ ਤੁਹਾਡੇ ਸਾਰੇ ਟਾਈਪਿੰਗ ਟੈਸਟ ਦੇ ਨਾ ਪੈਣ ਦੋ ਉਲਟਾ ਤੁਸੀਂ ਜਿਹੜਾ ਹੈ ਕੰਫਰਟੇਬਲ ਹੋ ਕੇ ਥੋੜਾ ਆਪਣਾ ਪੋਸਚਰ ਮੇਨਟੇਨ ਕਰੋ ਤੇ ਕੰਫਰਟੇਬਲ ਹੋ ਕੇ ਟਾਈਪ ਕਰੋ ਅਗਰ ਕਬਰਾਹਟ ਹੁੰਦੀ ਵੀ ਹੈ ਤਾਂ ਪਰਮਾਤਮਾ ਦਾ ਨਾਮ ਲਓ ਲੰਮੇ ਸਾਹ ਲੈ ਕੇ ਤੁਸੀਂ ਆਪਣਾ ਜਿਹੜਾ ਹੈ ਟੈਸਟ ਇੱਕ ਵਾਰੀ ਜਿਹੜਾ ਹੈ ਹੋਲੀ ਸਟਾਰਟ ਕਰੋ ਸਟਾਰਟਿੰਗ ਦੇ ਵਿੱਚ ਤੇ ਕਬਰਾਡ ਦੇ ਵਿੱਚ ਆ ਕੇ ਤੁਸੀਂ ਤੇਜ ਸਪੀਡ ਕਰਕੇ ਜਿਹੜਾ ਆਪਣਾ ਟਾਈਪਿੰਗ ਟੈਸਟ ਨਾ ਖਰਾਬ ਕਰਨਾ ਤੇ ਆਪਣੀ ਜਿਹੜੀ ਐਕਿਊਰੇਸੀ ਉਹ ਵੀ ਕੰਪਰੋਮਾਈਜ਼ ਨਾ ਕਰਿਓ ਸੋ ਮੇਰੀ ਜਿਹੜੀ ਤੁਹਾਨੂੰ ਸਲਾਹ ਇਹੀ ਹੈ ਕਿ ਤੁਸੀਂ ਜਿਹੜਾ ਹੈ ਕਰ ਵਰਗਾ ਜਿਵੇਂ ਤੁਸੀਂ ਘਰ ਟਾਈਪ ਟਾਈਪ ਕਰਦੇ ਹੋ ਉਵੇਂ ਹੀ ਸਮਝ ਕੇ ਤੁਸੀਂ ਉੱਥੇ ਟੈਸਟ ਦੇਣ ਜਾਓ ਤੁਹਾਡਾ ਜਿਹੜਾ ਟੈਸਟ ਹੈ ਉਹ इजीली ਕਲੀਅਰ ਹੋ ਜਾਏਗਾ ਅਗਰ ਤੁਹਾਡੀ ਕਰ ਵੀ ਸਪੀਡ ਜਿਹੜੀ ਰਿਕੁਆਇਰਡ ਸਪੀਡ ਆ ਰਹੀ ਹੈ ਤੇ ਐਕਿਊਰੇਸੀ ਆ ਰਹੀ ਹੈ ਸੋ ਬੈਸਟ ਆਫ ਲੱਕ ਜਿਨ੍ਹਾਂ ਦਾ ਵੀ ਕੱਲ ਐਗਜ਼ਾਮ ਹੈ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਤੁਹਾਡਾ ਐਗਜ਼ਾਮ ਕਲੀਅਰ ਹੁੰਦਾ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਅਪਡੇਟ ਦੇ ਨਾਲ ਹੈਵ ਅ ਨਾਈਸ ਡੇ ਬਾਏ ਬਾਏ